ਕੈਨੇਡੀਅਨ ਖਬਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਦੇ ਉਮੀਦਵਾਰਾਂ ਨੂੰ ਸੂਬਾਈ ਨਾਮਜ਼ਦਗੀ ਜਾਰੀ ਕਰਦੇ ਨੇ। ਉਮੀਦਵਾਰਾਂ ਨੂੰ ਉਹਨਾਂ ਦੇ ਪਿਛਲੇ ਕੰਮ ਦੇ ਤਜਰਬੇ, ਕਿੱਤਾ ਮੁਖੀ ਹੁਨਰ ਅਤੇ ਸਿੱਖਿਆ ਦੇ ਆਧਾਰ ਤੇ, ਖਾਸ ਕਰਕੇ PNP ਸਟੀਮਾਂ ਰਾਹੀਂ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇੱਕ ਇਮੀਗ੍ਰੇਸ਼ਨ ਸਟ੍ਰੀਮ ਸਥਾਈ ਨਿਵਾਸ ਲਈ ਇੱਕ ਖਾਸ ਮਾਰਗ ਹੈ ਜਿਸ ਵਿੱਚ ਸਭ ਸਟ੍ਰੀਮ ਸ਼ਾਮਲ ਹੋ ਸਕੇ ਅਤੇ ਅਕਸਰ ਉਮੀਦਵਾਰਾਂ ਦੇ ਪ੍ਰੋਫਾਈਲ ਦੇ ਇੱਕ ਖਾਸ ਪਹਿਲੂ ਨੂੰ ਨਿਸ਼ਾਨਾ ਬਣਾਉਂਦੇ ਨੇ। ਉਦਾਹਰਣ ਲਈ, ਸਭ ਤੋਂ ਆਮ ਤੋਂ ਕੰਮ ਦਾ ਤਜਰਬਾ ਜਾਂ ਸਿੱਖਿਆ। ਹਰੇਕ PNP ਇਮੀਗ੍ਰੇਸ਼ਨ ਲਈ ਉਮੀਦਵਾਰਾਂ ਦੀ ਯੋਗਤਾ ਦਾ ਇੱਥੇ ਦਰਜਾ ਦੇਣ ਲਈ ਆਪਣੇ ਸਕੋਰਿੰਗ ਪ੍ਰਣਾਲੀ ਦੀ ਵਰਤੋਂ ਕਰਦਾ। ਵੱਖ ਵੱਖ PNP ਵਿੱਚ ਇਹਨਾਂ ਸਕੋਰਾਂ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ ਹੈ। ਕੁਝ PNP ਸਟ੍ਰੀਮਾਂ ਵਧੀਆ ਹੁੰਦੀਆਂ ਨੇ, ਭਾਵ ਉਹ ਫੈਡਰਲ ਇਮੀਗ੍ਰੇਸ਼ਨ ਪੂਲ ਵਿੱਚ ਸ਼ਾਮਲ ਉਮੀਦਵਾਰਾਂ 'ਤੇ ਵਿਚਾਰ ਕਰਨ ਲਈ ਫੈਡਰਲ ਸਰਕਾਰ ਦੀ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਇਕਸਾਰ ਹੁੰਦੀਆਂ ਨੇ। ਐਕਸਪ੍ਰੈਸ ਐਂਟਰੀ ਪੂਲ ਦੇ ਉਮੀਦਵਾਰ ਜੋ PNP ਤੋਂ ਨਾਮਜ਼ਦਗੀ ਸਰਟੀਫਿਕੇਟ ਪ੍ਰਾਪਤ ਕਰਦੇ ਨੇ, ਉਹ ਐਕਸਪ੍ਰੈਸ ਐਂਟਰੀ ਦੇ ਰਾਹੀਂ ਅਪਲਾਈ ਕਰਨ ਲਈ ਸੱਦਾ ਦੇਣ ਦੀ ਗਰੰਟੀ ਦਿੰਦੇ ਹੋਏ ਵਾਧੂ 600 CRSS ਪੁਆਇੰਟ ਹਾਸਲ ਕਰਦੇ ਨੇ। PNP ਨਤੀਜੇ 10 ਤੇ 16 ਅਗਸਤ ਓਨਟਾਰੀਓ ਦੀ ਗੱਲ ਕੀਤੀ ਜਾਵੇ ਤਾਂ ਇਮੀਗ੍ਰੇਸ਼ਨ ਨਾਮਜ਼ਦ ਪ੍ਰੋਗਰਾਮ ਨੇ ਰੋਜ਼ਗਾਰਦਾਤਾਵਾਂ ਨੌਕਰੀ ਦੀ ਪੇਸ਼ਕਸ਼ ਵਿਦੇਸ਼ੀ ਵਰਕਰਸ ਟੀਮ ਰਾਹੀਂ ਇਸ ਹਫ਼ਤੇ ਦੇ 2 ਡਰਾਅ ਰੱਖੇ। ਪਹਿਲੇ ਡਰਾਅ 13 ਅਗਸਤ ਨੂੰ ਹੋਇਆ, ਜਿਸ ਵਿੱਚ 420 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ, ਜਿਨ੍ਹਾਂ ਕੋਲ ਇੱਕ ਚੁਣੇ ਹੋਏ ਹੈਲਥ ਕੇਅਰ ਕਿੱਤਿਆਂ ਵਿੱਚੋਂ ਨੌਕਰੀ ਦੀ ਪੇਸ਼ਕਸ਼ ਹੈ ਅਤੇ ਉਹ INP ਸਕੋਰਿੰਗ ਪ੍ਰਣਾਲੀ ਦੇ ਅਨੁਸਾਰ ਘੱਟੋ ਘੱਟ ਸਕੋਰ 50 ਸੀ। ਉਸੇ ਦਿਨ ਉਹ INP ਨੇ 958 ਉਮੀਦਵਾਰਾਂ ਨੂੰ ਸੱਦਾ ਦਿੱਤਾ, ਜਿਨ੍ਹਾਂ ਦੇ ਕੋਲ ਹੋਰ ਇਨ ਡਿਮਾਂਡ ਅਹੁਦਿਆਂ ਦੇ ਨੌਕਰੀ ਦੀ ਪੇਸ਼ਕਸ਼ ਸੀ ਅਤੇ ਘੱਟੋ ਘੱਟ ਸਕੋਰ 542। ਬ੍ਰਿਟਿਸ਼ ਕੋਲੰਬੀਆ ਵਿੱਚ PNP ਨੇ ਇਸ ਹਫ਼ਤੇ ਸਕਿੱਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਅਤੇ ਵਿਕਲਪ ਵੀ ਸ਼ਾਮਲ ਕੀਤੇ ਸਨ। ਅਤੇ ਉੱਥੇ ਦੱਸ ਦਈਏ ਕਿ 4 ਨਿਸ਼ਾਨਾ ਡਰਾ ਆਯੋਜਿਤ ਕੀਤੇ ਗਏ। ਅਰਧ ਵਿਵਸਥਾ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਇਨ ਡਿਮਾਂਡ ਅਹੁਦਿਆਂ ਵਿੱਚ ਹੁਨਰ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਅਤੇ ਕੁੱਲ ਮਿਲਾ ਕੇ ਇਹਨਾਂ ਡਰਾਅ ਰਾਹੀਂ ਘੱਟੋ ਘੱਟ 135 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਅਤੇ ਹਰੇਕ ਨਿਸ਼ਾਨੇ ਵਾਲੇ ਡਰਾਅ ਦੇ ਅੰਦਰ ਵੱਖ ਵੱਖ ਕੱਟ ਆਫ ਸਕੋਰ ਦੇ ਨਾਲ ਕਈ ਗੱਲਾਂ ਵੀ ਦਰਜ ਕੀਤੀਆਂ ਗਈਆਂ ਸਨ, ਜਿਸ ਵਿੱਚ ਚਾਈਲਡ ਕੇਅਰ ਕਿੱਤਿਆਂ ਦੇ ਅੰਦਰ 35 ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ ਘੱਟ 87 ਸਕੋਰਾਂ ਦੀ ਲੋੜ ਹੁੰਦੀ ਹੈ। ਉਸਾਰੀ ਕਿੱਤਿਆਂ ਦੇ ਵਿੱਚ 27 ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ ਘੱਟ 89 ਸਕੋਰਾਂ ਦੀ ਜ਼ਰੂਰਤ ਹੁੰਦੀ ਹੈ। ਹੈਲਥ ਕੇਅਰ ਕਿੱਤਿਆਂ ਵਿੱਚ 27 ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ ਘੱਟ 99 ਸਕੋਰਾਂ ਦੀ ਲੋੜ ਹੁੰਦੀ ਹੈ। ਤਕਨੀਕੀ ਕਿੱਤਿਆਂ ਦੇ ਵਿੱਚ 45 ਉਮੀਦਵਾਰਾਂ ਨੂੰ ਸੱਦਾ ਦੇਣ ਲਈ ਘੱਟੋ ਘੱਟ 120 ਸਕੋਰਾਂ ਦੀ ਲੋੜ ਹੁੰਦੀ ਹੈ ਅਤੇ ਵੈਟਰਨਿਟੀ ਕਿੱਤਿਆਂ ਦੇ ਵਿੱਚ 5 ਤੋਂ ਘੱਟ ਉਮੀਦਵਾਰਾਂ ਨੂੰ ਸੱਦਾ ਦੇਣ ਦੇ ਲਈ ਘੱਟੋ ਘੱਟ 80 ਸਕੋਰਾਂ ਦੀ ਜ਼ਰੂਰਤ ਹੁੰਦੀ ਹੈ। ਅਤੇ ਉੱਥੇ ਮੈਨੀਟੋਬਾ ਨੇ 15 ਅਗਸਤ ਨੂੰ ਮੈਨੀਟੋਬਾ PNP ਦੇ 2 ਡਰਾਅ ਰੱਖੇ ਸਨ। ਪਹਿਲਾ ਡਰਾਅ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ ਦੇ ਤਹਿਤ ਆਯੋਜਿਤ ਕੀਤਾ ਗਿਆ ਅਤੇ 252 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜੋ ਯੋਗਤਾ ਦੀਆਂ ਲੋੜਾਂ ਪੂਰੀਆਂ ਕਰਦੇ ਸਨ, ਜਿਸ ਵਿੱਚ ਪਿਛਲੇ 3 ਸਾਲਾਂ ਦੇ ਅੰਦਰ ਮੈਨੀਟੋਬਾ ਸਕੂਲਸ ਮਾਸਟਰ ਅਤੇ ਡਾਕਟਰੇਟ ਦੀ ਡਿਗਰੀ ਹੋਣ ਅਤੇ ਘੱਟ ਤੋਂ ਘੱਟ 7 ਦੇ ਕੈਨੇਡੀਅਨ ਲੈਂਗੁਏਜ ਬੈਂਚ ਮਾਰਕ ਨੂੰ ਪੂਰਾ ਕਰਨਾ ਸ਼ਾਮਲ ਹੈ। ਇਹ ਡਰਾਅ ਲਈ ਕਿਸੇ ਕੱਟ ਆਫ ਸਕੋਰ ਦਾ ਐਲਾਨ ਨਹੀਂ ਕੀਤਾ ਗਿਆ ਸੀ। ਉਸੇ ਦਿਨ MPNP ਨੇ ਸਕਿੱਲਡ ਵਰਕਰ ਓਵਰਸੀਜ਼ ਸਟ੍ਰੀਮ ਦੇ ਤਹਿਤ ਇੱਕ ਹੋਰ ਡਰਾਅ ਕੱਢਿਆ, ਜਿਸ ਵਿੱਚ MPNP ਦੁਆਰਾ ਕੀਤੀ ਗਈ ਰਣਨੀਤਿਕ ਭਰਤੀ ਪਹਿਲਕਦਮੀ ਦੇ ਤਹਿਤ 40 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ। ਯੋਗਤਾ ਲੋੜਾਂ ਪੂਰੀਆਂ ਕਰਨ ਤੋਂ ਇਲਾਵਾ ਉਮੀਦਵਾਰ MPNP ਸਕੋਰਿੰਗ ਪ੍ਰਣਾਲੀ ਦੇ ਤਹਿਤ ਘੱਟੋ ਘੱਟ 703 ਸਕੋਰ ਦੀ ਲੋੜ ਹੁੰਦੀ ਹੈ। ITA ਪ੍ਰਾਪਤ ਕਰਨ ਵਾਲੀਆਂ 292 ਅਰਜ਼ੀਆਂ ਵਿੱਚੋਂ 37 ਉਮੀਦਵਾਰਾਂ ਨੂੰ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਇੱਕ ਵੈਧ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਘੋਸ਼ਿਤ ਕੀਤਾ ਗਿਆ ਸੀ। ਰੀਡਿੰਗ ਖਬਰਨਾਮਾ ਦੇ ਵਿੱਚ ਹੀ ਸੀ ਹੁਣ ਤੱਕ ਦੀ ਵੱਡੀ ਖਬਰ। ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬੜੇ ਰਹੋ ਆਵਾਜ਼ ਨਿਊਜ਼ ਵਾਲਾ ਦੇ ਨਾਲ।